ਪੰਖਾ ਇੱਕ ਜਿਹੜਾ ਹੈਗਾ ਨਾ, ਉਹਨੇ ਬਾਈ ਨੇ ਲਾਵਣ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਉਹਦੇ ਕੋਲ ਨਾ ਸਹੀ ਤਰੀਕੇ ਲੱਗਿਆ ਨਹੀਂ ਆ। ਮਾਸ਼ਾਅੱਲਾ ਮਾਸ਼ਾਅੱਲਾ, ਬੱਦਲ ਬਣਨੇ ਸਟਾਰਟ ਹੋ ਗਏ ਨੇ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਜੀ? ਗੁੱਡ ਮਾਰਨਿੰਗ ਤਾਂ ਨਹੀਂ ਹੈ, ਤਕਰੀਬਨ 1-2 ਵੱਜ ਗਏ ਨੇ। ਪਤਾ ਲੱਗ ਗਿਆ ਤੁਹਾਨੂੰ? ਆ ਜਾਓ ਆ ਜਾਓ, ਖਾ ਲਓ ਖਾ ਲਓ ਖਾ ਲਓ ਖਾ ਲਓ। ਓਏ ਨਾ ਨਾ ਨਾ, ਪਹਿਰ ਦੇ ਰੋਟੀ ਪਾਣੀ ਦਾ ਟਾਈਮ ਹੋ ਚੁੱਕਿਆ, ਇਹਨਾਂ ਨੂੰ ਮੈਂ ਰੋਟੀ ਪਾਣੀ ਜਿਹੜਾ ਕਿ ਨਾ ਖਿਲਾ ਦੇਈਏ। ਬੇਗਮ ਸਾਹਿਬਾਂ ਸਬਜ਼ੀ ਵਗੈਰਾ ਲੈ ਕੇ ਆ ਰਹੀ ਹੈ, ਔਰ ਅੱਜ ਪੱਕ ਰਹੇ ਨੇ ਜੀ। ਮੈਂ ਗਿਆ ਸੀ ਸ਼ਹਿਰ, ਸੁਬਹ ਸੁਬਹ ਅਸੀਂ ਥੋੜ੍ਹਾ ਬਹੁਤਾ ਕੰਮ ਕੀਤਾ। ਕੰਮ ਕੀ ਕੀਤਾ? ਥਾਪੀਆਂ ਜਿਹੜੀਆਂ ਹੈਗੀਆਂ ਨਾ, ਅਸੀਂ ਉੱਪਰੋਂ ਲਾਹ ਰਹੇ ਹਾਂ ਛੱਪਰ ਦੇ, ਕਿਉਂਕਿ ਛੱਪਰ 'ਤੇ ਨਾ ਕਾਫੀ ਜ਼ਿਆਦਾ ਤੁਹਾਨੂੰ ਪਤਾ ਨਾ ਵਜ਼ਨ ਆ ਗਿਆ। ਸੁਬਹ ਸੁਬਹ ਥੋੜ੍ਹੀਆਂ ਬਹੁਤੀਆਂ ਲਾਈਆਂ, ਲੇਕਿਨ ਇੱਕ ਦਿਨ ਦਾ ਕੰਮ ਨਹੀਂ ਹੈ ਕਿ ਇੱਕ ਦਿਨ ਸਾਰੀਆਂ 'ਚ ਕੀ ਉੱਧਰ ਚਲੇ, ਕਿਉਂਕਿ 30-40 ਮਨ ਵਜ਼ਨ 'ਚ ਹੈਗਾ ਨੇ ਹੋਇਆ ਤੇ ਇੰਨੀਆਂ ਸਾਰੀਆਂ ਲਾਹੀਆਂ ਸੀ ਕਾਫੀ ਸਾਰੀਆਂ ਪਰਲੀ ਸਾਈਡ ਤੋਂ, ਅਤੇ ਲੇਕਿਨ ਨਾ ਕੋਈ ਆਸਰਾ ਥੋੜ੍ਹਾ ਬਹੁਤ ਹੀ ਫਰਕ ਨਹੀਂ ਪਿਆ, ਅਤੇ ਇਹ ਸਾਰੀਆਂ ਦੇ ਲੈ ਕੇ ਇਹ ਲਾਹ ਕੇ ਨਾ, ਕਿਉਂਕਿ ਮੈਨੂੰ 1-2 ਕਮੈਂਟ ਸੀ ਕਿ ਸਾਰੀਆਂ ਲਾਹ ਕੇ ਉੱਧਰ ਜਿਹੜਾ ਦੁਕਾਨ ਹੈ ਨਾ ਸਾਹਮਣੇ ਉਹਦੇ ਵਿੱਚ ਜਿਹੜਾ ਹੈਗਾ ਨਾ ਰੱਖ ਦੇਈਏ, ਇੱਕ ਤਾਂ ਬਾਰਿਸ਼ ਨਿਕਲੀਆਂ ਨਹੀਂ ਹੋਣਗੀਆਂ, ਸਰਦੀਆਂ ਵਿੱਚ ਜਿਹੜਾ ਹੈਗਾ ਨਾ ਕੰਮ ਆਉਣਗੀਆਂ। ਇਸ ਸਾਈਡ ਤੋਂ ਲਾਹਣੀਆਂ ਸ਼ੁਰੂ ਕੀਤੀਆਂ ਨੇ, ਇਹ ਦੇਖੋ ਸੈਂਟਰ ਦੇ ਵਿੱਚੋਂ ਜਿਹੜਾ ਹੈਗਾ ਨਾ ਰਾਹ ਬਣਾ ਦਿੱਤਾ ਇਹਦਾ, ਅਤੇ ਥੋੜ੍ਹੀਆਂ ਬਹੁਤੀਆਂ ਸਮੇਂ ਲੋਕ ਹਾਲੇ ਸਿੱਟੀਆਂ ਨੇ, ਹਾਲੇ ਤੱਕ ਤਾਂ ਤਕਰੀਬਨ 3ਰਾ ਹਿੱਸਾ ਗਿਆ, 2 ਹਿੱਸੇ ਹਾਲੇ ਪਏ ਹੋਏ ਨੇ। ਬੇਗਮ ਸਾਹਿਬਾਂ ਨੇ ਕੱਪੜੇ ਜਿਹੜਾ ਹੈਗਾ ਨਾ ਹਾਲੇ ਤੱਕ ਨਹੀਂ ਲਾਏ, ਤਾਂ ਵੱਜਿਆ ਪਿਆ ਸਾਰਾ, ਥੱਕ ਗਏ ਸੀ, ਫਿਰ ਜਿਹੜਾ ਹੈਗਾ ਨਾ ਬੱਸ ਕਰਤਾ, ਹੁਣ ਜਿਹੜਾ ਹੈਗਾ ਰੋਟੀ ਪਾਣੀ ਖਾ ਕੇ ਫਿਰ ਜਿਹੜਾ ਹੈਗਾ ਨਾ ਸ਼ੁਰੂ ਹੋਵਾਂਗੇ ਪਿਛਲੇ ਟਾਈਮ। ਅੱਜ ਬੇਗਮ ਸਾਹਿਬਾਂ ਨਾ ਪਹਿਲਾਂ ਹੀ ਸਮਝਾ ਦਿੱਤਾ, ਸਾਲਣ ਨੂੰ ਨਾ ਸਾਲਾ ਬਣਾਉਣਾ ਜਿੰਨਾ ਅੱਜ ਖਾ ਲਈਏ, ਹਾਂ ਰੱਖ ਕੇ ਬੇਅਬੂ ਹੈ, ਸਾਲਣ ਨਹੀਂ ਖਵਾਉਣਾ ਮੈਨੂੰ। ਹਾਂ ਬੇਗਮ ਸਾਹਿਬਾਂ ਆਪਣੇ ਬੱਚਤ ਦੇ ਮਾਮਲੇ ਵਿੱਚ ਪਹਿਲਾਂ 1 ਦਿਨ ਰੋਟੀ ਪਕਾਈ, 3 ਦਿਨ ਖਾਂਦੇ ਰਹੇ, ਲੇਕਿਨ ਉਹਦੇ ਸਾਲਣ ਵਗੈਰਾ ਤੁਹਾਨੂੰ ਪਤਾ ਬਿਆ ਬਿਆ ਹੀ ਹੁੰਦਾ, ਤਾਜ਼ਾ ਰੋਟੀ ਵੀ ਬਲਕਿ ਤਾਜ਼ੀ ਹੋਣੀ ਚਾਹੀਦੀ ਆ, ਉਸ ਤੋਂ ਇਲਾਵਾ ਸਾਲਣ ਵੀ ਤਾਜ਼ਾ ਹੀ ਹੋਣਾ ਚਾਹੀਦਾ। ਰੋਜ਼ ਪਕਾਉਣ ਦਾ ਜਿਹੜਾ ਹੈਗਾ ਨਾ ਰੋਲੇ ਦੇ ਚੱਕਰਾਂ 'ਚ, ਬੇਗਮ ਸਾਹਿਬ 1 ਦਿਨ ਪਕਾ ਕੇ 4-4 ਦਿਨ ਸਾਲਣ ਵਗੈਰਾ ਅਸੀਂ ਖਾਂਦੇ ਰਹਿੰਦੇ ਹਾਂ, ਕਿਉਂਕਿ ਤਕਰੀਬਨ ਕੱਲ੍ਹ ਅਸੀਂ ਚਾਵਲ ਪਕਾਏ ਸੀ ਨਾ, ਕੱਲ੍ਹ ਪਕਾਏ ਸੀ, ਕੱਲ੍ਹ ਕਿੱਥੇ ਪਕਾਏ ਨੇ? ਕੱਲ੍ਹ ਪਕਾਏ ਸੀ ਯਾਰ, ਕੱਲ੍ਹ ਪਕਾਏ ਸੀ, ਯਾਦ ਕਰ। ਹਾਂ ਸ਼ਾਇਦ ਕੱਲ੍ਹ, ਮੇਰੇ ਖਿਆਲ 'ਚ ਕੱਲ੍ਹ ਚਾਵਲ ਪਕਾ, ਕੱਲ੍ਹ ਵੀ ਖਾਏ ਨੇ, ਅੱਜ ਵੀ ਖਾਏ ਨੇ, 2 ਦਿਨ ਤਾਂ ਫਿਰ ਵੀ ਚੱਲੇ ਨੇ ਨਾ, ਹੁਣ ਵੀ ਖਾਏ ਨੇ, ਕੋਈ ਥੋੜ੍ਹੇ ਜਿਹਾ ਬੱਚੇ ਸੀਤੇ ਲਿਆ ਕੇ ਮੁਰਗੀਆਂ ਨੂੰ ਜਿਹੜਾ ਹੈਗਾ ਨਾ ਪਾਏ ਨੇ। ਆਲੂ ਲੈ ਆਉਂਦੇ ਨੇ ਬਿਲਕੁਲ ਨਵੇਂ, ਇਹ ਵਾਲੇ ਕਰਾਰੇ ਪੱਕਦੇ ਨੇ, ਦੂਸਰੇ ਪੱਕਦੇ ਨੇ ਮਿੱਠੇ, ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਤਣੀਆਂ ਤਣੀਆਂ, 2 ਕਿ ਲੈ ਆਉਂਦਾ? ਹਾਂ 2 ਕਿ ਲੈ ਆਉਂਦਾ ਤਣੀਆਂ। ਕੱਲ੍ਹ ਮੈਂ ਲੀਚੀਆਂ ਦੇ ਬੂਟੇ ਲਾਏ ਸੀ ਨਾ ਬਾਹਰਲੀ ਸਾਈਡ ਦੇ, ਕਾਫੀ ਸਾਰੇ ਕਮੈਂਟ ਸੀ ਕਿ ਨਵਾਜ਼ ਵੀ ਇਹਨਾਂ ਨੂੰ ਘਰ ਦੇ ਵਿੱਚ ਲਾਓ, 5 ਮਿੰਟ ਨਹੀਂ ਲੀਚੀਆਂ ਦੇ ਬੂਟਿਆਂ ਨੇ ਕੱਢਣੇ, ਇੱਕ ਤਾਂ ਜਿਹੜਾ ਹੈਗਾ ਨਾ ਮੁਰਗੇ ਖਾ ਜਾਵਣਗੇ, ਹਾਲੇ ਛੋਟੇ ਛੋਟੇ ਨੇ ਨਾ ਬੂਟੇ, ਅਤੇ ਦੂਸਰਾ ਮੁਰਗਿਆਂ ਤੋਂ ਬਚ ਗਏ, ਅਤੇ ਅਬਦੁਲ ਹਾਦੀ ਅਬਦੁਲ ਵਹਾਬ ਦੇ ਉੱਤੇ ਚੜ੍ਹ ਗਏ, ਉਹਨਾਂ ਨੇ ਫੜ ਕੇ ਬਸ ਇੱਕ ਝਟਕਾ ਲਾਇਆ, ਇਸੇ ਕਰਕੇ ਬਾਹਰਲੀ ਸਾਈਡ 'ਤੇ ਲਾਏ ਨੇ, ਬਾਹਰਲੀ ਸਾਈਡ 'ਤੇ ਉਹਨਾਂ ਨੂੰ ਡਰ ਖਤਰਾ ਕੋਈ ਨਹੀਂ, ਥੋੜ੍ਹੇ ਜਿਹੇ ਹੋਰ ਵੱਡੇ ਹੋ ਗਏ ਤਾਂ ਫਿਰ ਟੈਨਸ਼ਨ ਕੋਈ ਨਹੀਂ ਆ, ਵੈਸੇ ਉੱਥੇ ਨਾ ਪਾਣੀ ਵਗੈਰਾ ਲਾਉਣ ਦੀ ਜ਼ਰੂਰਤ ਹੀ ਕੋਈ ਨਹੀਂ ਹੋਣੀ, ਪਰ ਸਿਮ ਹੈ ਤਾਂ ਮਸਾਂ ਉੱਥੇ ਜਲਦੀ ਗਰੋ ਕਰਨਗੇ ਕਾਫੀ ਜਲਦੀ। ਬੇਗਮ ਸਾਹਿਬਾਂ ਨੇ ਥਾਪੀਆਂ ਫਿਰ ਇੱਥੇ ਲੈਣ ਲਾ ਦਿੱਤੀ ਹੈ, ਔਰ ਦੇਖੋ ਲੀਚੀਆਂ ਦੇ ਪੌਦੇ ਮਾਸ਼ਾਅੱਲਾ ਇੱਥੇ ਬਿਲਕੁਲ ਨਾ ਠੀਕ ਖੜੇ ਨੇ, ਬੱਚੇ ਅੱਜ ਇੱਥੇ ਨਾ ਕ੍ਰਿਕਟ ਨੇੜੇ ਜਿਹੜਾ ਹੈਗਾ ਨਾ ਖੇਡਣ ਆ ਗਏ ਨੇ। ਔਰ ਬੇਗਮ ਸਾਹਿਬਾਂ ਕੀ ਕਰ ਰਹੀ ਆ? ਖਾਲੀ ਮੈਂ ਕਹਿੰਦਾ ਰਹਿ ਗਿਆ ਮਿਸਤਰੀ ਨੂੰ ਲੈ ਕੇ ਆਉਣਾ, ਪੰਖੇ ਵਗੈਰਾ ਲਵਾਉਣੇ ਨੇ, ਯਾਦ ਹੀ ਨਹੀਂ ਰਿਹਾ ਜ਼ਹਿਨ 'ਚ ਨਹੀਂ, ਅੱਜ ਹੁਣ ਨਾ ਭੈੜੇ ਜਾਣਾ ਪੜਾਉਣ ਦੀ ਵਜ੍ਹਾ ਪਤਾ ਹੀ ਕੀ ਹੈ, ਪੰਖਾ ਸੜ ਗਿਆ ਸਾਡਾ, ਨੁਕਸਾਨ ਹੋ ਗਿਆ ਸੁਬਹ ਸੁਬਹ ਹੀ ਪੰਖਾ ਚਲਾਇਆ, ਅਤੇ ਪੰਖੇ ਦਾ ਮੇਰੇ ਖਿਆਲ ਪਤਾ ਨਹੀਂ ਕੰਪੈਸਟਰ ਕਿ ਪਤਾ ਨਹੀਂ ਕੀ ਜਿਹੜੀ ਆ ਨਾ ਕੋਈ ਚੀਜ਼ ਸੜ ਗਈ ਹੈ, ਚੱਲਦਾ ਹੀ ਨਹੀਂ ਪਿਆ ਮੈਂ ਨਾ, ਦੇਖੋ ਨਾ ਓਏ ਅੱਲਾਹੁ ਅਕਬਰ, ਮੈਂ ਕਹਿੰਦਾ ਰਹਿੰਦਾ ਤਾਂ ਨਹੀਂ ਸੜ ਗਿਆ ਕਿੱਥੇ, ਮੈਨੂੰ ਲੱਗਦਾ ਗਲਤੀ ਹੋ ਗਈ ਆ।
ਅੱਗ ਨਿਕਲੀ ਵਾਹ ਵਾ ਸਾਰੀ ਵਿੱਚੋਂ ਨਾ ਪੱਖੇ ਦੇ, ਮੈਨੂੰ ਲੱਗਦਾ ਮੋਟਰ ਹੀ ਗਈ ਬਾਈ ਸੋ, ਲੇਕਿਨ ਮੋਟਰ ਸੜ ਵੀ ਗਈ ਨਾ, ਟੈਨਸ਼ਨ ਕੋਈ ਨਹੀਂ, ਲਾਈਫ ਟਾਈਮ ਗਰੰਟੀ ਹੈ ਪੱਖੇ ਦੀ। ਰੋਇਲ ਫੈਨ ਦਾ ਲਿਆ ਸੀ, ਇਹਦੀ ਕਾਫੀ ਗਰੰਟੀ ਵਗੈਰਾ ਤਾਂ ਹੈ, ਲੇਕਿਨ ਬਾਈ ਸਾਹਿਬ ਪਤਾ ਨਹੀਂ ਇਹਨੂੰ ਹੁਣ ਕੀ ਬਣਿਆ। ਲਾਈਟ ਬਾਲ ਨਹੀਂ ਗਈ, ਬਿਜਲੀ ਵੀ ਆਪਾਂ ਕੋਲ ਤੈਨੂੰ ਪਤਾ ਕਿਸ ਤਰ੍ਹਾਂ ਦੀ ਹੈ। ਅਲਹਮਦੁਲਿਲਾ ਜੀ ਪੱਖਾ ਚੱਲ ਗਿਆ, ਇਹਦੀ ਨਾ ਤਾਰਾਂ ਆਪਸ ਵਿੱਚ ਨਾ ਰਲ ਗਈਆਂ ਸੀ, ਮਸਲ ਨਾ ਖੁੱਲ ਗਈਆਂ ਸੀ ਕਿਰੇ ਘਰੇ ਕਿ ਪੱਖਾ ਸੜਿਆ ਨਹੀਂ, ਇਹਦੀਆਂ ਤਾਰਾਂ ਨਾ ਖੁੱਲ ਕੇ ਕਿਰੇ ਅਟੈਚ ਹੋ ਗਈਆਂ ਅਤੇ ਯਕਦਮ ਉਹਨਾਂ ਅਟੈਚ ਆਪਸ ਵਿੱਚ। ਸ਼ੁਕਰ ਹੈ ਕਿ UPS ਵੀ ਨਹੀਂ ਸੜਿਆ, ਕੋਈ ਨਾ ਨੁਕਸਾਨ ਨਹੀਂ ਹੋਇਆ, ਪਤਾ ਨਹੀਂ ਇਹ ਖੁੱਲ ਕਿਵੇਂ ਗਈਆਂ ਨੇ, ਕੋਈ ਸਮਝ ਨਹੀਂ ਆ। ਅਤੇ ਲੇਕਿਨ ਹੁਣ ਨਾ ਸੈੱਟ ਹੋ ਗਿਆ, ਬੇਗਮ ਸਾਹਿਬਾ ਉਨੀ ਦੇਰ ਤੱਕ ਰੋਟੀਆਂ ਵਗੈਰਾ ਪਕਾ ਪਕੂ ਕੇ, ਹਾਲੇ ਇੱਕ ਰੋਟੀ ਰਹਿ ਗਈ ਸਿਰਫ, ਹਾਂ ਸਾਲਣ ਵੀ ਬਣ ਗਿਆ, ਰੋਟੀਆਂ ਵੀ ਸਾਰੀਆਂ ਪੱਕ ਗਈਆਂ। ਸਾਲਣ ਚੈੱਕ ਕਰਾਓ ਨਾ, ਹਾਂਜੀ ਇਹ ਦੇਖੋ ਜੀ ਆਲੂ ਅਤੇ ਗੋਭੀ ਦਾ ਸਾਲਣ, ਔਰ ਅੱਜ ਅਸੀਂ ਥੋੜ੍ਹਾ ਜਿਹਾ ਸਾਲਣ ਬਣਾਇਆ, ਸਿਰਫ ਦੋ ਇੱਕ ਜਿਹੜੀਆਂ ਨਾ ਪਲੇਟਾਂ, ਬਾਕੀ ਨਾ ਰਹਿ ਗਏ ਨੇ ਜੀ ਹਵਾ ਵਾਲੇ ਜਿਹੜੇ ਹੈਗੇ ਨਾ ਪੱਖੇ ਜਿਹੜੇ ਇੱਥੇ ਜਿਹੜਾ ਹੈਗੇ ਲਾਉਣੇ ਨੇ, ਉਹ ਵਾਲੇ ਕੋਈ ਨਹੀਂ ਹਾਲੇ ਤੱਕ ਨਾ ਲੱਗੇ, ਕਿਉਂਕਿ ਬਾਈ ਕੋਲ ਨਾ ਮਸ਼ੀਨ ਕੋਈ ਨਹੀਂ ਸੀ, ਮਸ਼ੀਨ ਤੋਂ ਬਗੈਰ ਨਾ ਲੱਗਣੇ ਨਹੀਂ ਸੀ। ਔਰ ਇਹਦੇ ਕੰਮ ਚੈੱਕ ਕਰ ਲਓ, ਇਹਦੇ ਇਹ ਤੋੜੂ, ਮੈਂ ਕੀ ਇਹਨੂੰ ਕਰੂੰਗਾ, ਇਹ ਤੈਨੂੰ ਦਾਤਰੀ ਲੱਗ ਜਾਣੀ ਹੈ, ਚੱਲ ਆਇਆ ਥੱਲੇ ਪੱਠੇ ਕਿਤੇ ਵੱਢਣ ਜਾਊ, ਪੱਠੇ ਵੱਢਣ ਜਾਊ, ਚੱਲ ਜਾ ਵੱਢ ਜਾ, ਸ਼ੌਕ ਪੂਰੀ ਕਰ ਲੈਣ, ਕਰ ਲੈਣ ਦੇ ਸ਼ੌਕ, ਜਾ ਵੱਢਿਆ 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 ਕਰਨ ਦੇ ਸ਼ੌਕ ਪੂਰੀ, ਤੈਨੂੰ ਕੀ ਫਾਇਦਾ ਹੀ ਹੈ ਨਾ, ਵੱਡੇ ਹੁੰਦੇ ਪਿੰਡ ਬੱਚੇ ਘਰ ਬਹਿ ਕੇ ਸਕੂਨ ਨਾ ਖਾਵੀਂ ਪੀਵੀਂ, ਕਹਿੰਦੀ ਮੈਂ ਥੱਕ ਜਾਂਦੀ ਹਾਂ ਤੇ ਮੌਜ ਕਰੀ, ਬੱਚੇ ਕੰਮ ਕਰਨਗੇ ਅਸੀਂ ਬੈਠੇ ਰਵਾਂਗੇ, ਉਹਨਾਂ ਨੂੰ ਸ਼ੌਂਕ ਹੈ ਤੇ ਕਰਨ ਦਾ, ਕੰਮ ਕੀਤਾ ਕਰਨੇ ਨਾ ਬਾਹਰ ਕਰਦੇ ਪੈਣ ਜੀ, ਤਿਆਤ ਖਰਾਬ ਕਰਕੇ ਘਰ ਆ ਜਾਸੇ, ਹਾਂ ਨਹੀਂ ਕਰਦੇ ਕੁਛ ਨਹੀਂ, ਵਾਡਿਆ ਵਾਡਿਆ ਵਾਡਿਆ, ਨਹੀਂ ਨਹੀਂ ਹਾਦੀ ਨਹੀਂ ਜਾ, ਚੈੱਕ ਕਰੋ ਕਾਰੀਗਰ ਦੇ, ਕਾਰੀਗਰ ਵੀ ਪਿੱਛੇ ਭੱਜ ਗਿਆ, ਕੋਈ ਸ਼ੈ ਕਰਨ ਦੇ ਹੱਥੀ ਆ ਜਾਵੇ ਨਾ ਸੋਟੀ ਕਾਈ ਸ਼ੈ ਵੀ ਮਾਰ ਦਿੰਦਾ, ਅੱਗੇ ਮੈਨੂੰ ਸੋਟੀਆਂ ਨੇ ਮੈਨੂੰ ਮਾਰੀਆਂ ਨੇ। ਪੱਖਾ ਇੱਕ ਜਿਹੜਾ ਹੈਗਾ ਨਾ ਉਹਨੇ ਬਾਈ ਨੇ ਲਾਉਣ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਉਹਦੇ ਕੋਲ ਨਾ ਸਹੀ ਤਰੀਕੇ ਲੱਗਿਆ ਨਹੀਂ ਆ, ਉਸ ਦੀ ਵਜ੍ਹਾ ਹੈ ਕਿ ਇਹ ਪੱਖੇ ਜਿਹੜਾ ਡਰਿੱਲ ਮਸ਼ੀਨ ਨਾਲ ਜਿਹੜਾ ਲੱਗਣੇ ਨੇ ਅਤੇ ਉਹਦੇ ਕੋਲ ਡਰਿੱਲ ਮਸ਼ੀਨ ਕੋਈ ਨਹੀਂ ਸੀ, ਅਤੇ ਇਹ ਵੀ ਹਾਲੇ ਤੱਕ ਇਵੇਂ ਵਿੱਚ ਖੜਾ ਹੋਇਆ, ਡਿੱਗ ਨਾ ਜਾਵੇ ਕਿਧਰੇ, ਜਿਹੜਾ ਬੰਦਾ ਅੱਗੇ ਪੱਖੇ ਵਗੈਰਾ ਲਾ ਜਾਂਦਾ ਉਹਨੂੰ ਤਾਂ ਮੈਂ ਘਰੋਂ ਵੀ ਪਤਾ ਕਰਕੇ ਆਇਆ, ਫੋਨ ਵੀ ਜਿਹੜਾ ਹੈਗਾ ਨਹੀਂ ਚੱਕਦਾ ਪਿਆ, ਔਰ ਉਹ ਘਰ ਵੀ ਕੋਈ ਨਹੀਂ ਸੀ, ਕਿਰੇ ਨਾਲ ਗਿਆ ਹੋਇਆ ਸੀ, ਇਸੇ ਕਰਕੇ ਮੈਂ ਇਸ ਮਿਸਤਰੀ ਨੂੰ ਲੈ ਕੇ ਆਉਂਦਾ ਅਤੇ ਇਹਦੇ ਕੋਲ ਡਰਿੱਲ ਕੋਈ ਨਹੀਂ ਸੀ। ਕੰਮ ਦੇਖ ਲਓ ਬੱਚਿਆਂ ਦੇ ਤੁਸੀਂ, ਹਾਂ ਦੇਖੋ ਪੱਠੇ ਵੱਢਦੇ ਫਿਰਦੇ, ਅੱਜ ਦੇ ਜਿਹੜੇ ਪੱਠੇ ਹੈਗੇ ਨਾ ਉਹ ਬੇਗਮ ਸਾਹਿਬਾ ਬਿਲਕੁਲ ਹੁਣ ਨਹੀਂ ਵੱਢਦੀ ਹੁੰਦੀ, ਅਬਦੁਲ ਰਹਿਮਾਨ ਵੱਢਦਾ ਹੁੰਦਾ ਜਾਂ ਮੈਂ ਵੱਢਦਾ ਹੁੰਦਾ, ਅਤੇ ਬੱਚੇ ਜਿਹੜੇ ਹੈਗੇ ਨਾ ਕਦੇ ਕਦੇ ਇਹ ਵੀ ਜਾ ਕੇ ਮੈਂ ਸਾਨੂੰ ਨਾਲ ਵਾੜ ਲੈਂਦੇ ਹੁੰਦੇ ਨੇ, ਔਰ ਚੱਕ ਕੇ ਮੈਂ ਲੈ ਕੇ ਆਉਂਦਾ ਹੁੰਦਾ, ਹੁਣ ਦੋ ਦੇ ਸਮਝ ਲਓ ਕਿ ਮੈਂ ਕੋਈ ਨਹੀਂ ਸੀ ਘਰ, ਅਬਦੁਲ ਰਹਿਮਾਨ ਹੀ ਪੱਠੇ ਲੈ ਕੇ ਆਉਂਦਾ ਰਿਹਾ। ਸ਼ਾਮ ਹੋ ਚੁੱਕੀ ਹੈ ਜੀ, ਸੂਰਜ ਆਪਣੇ ਇਖਤਤਾਮ ਨੂੰ ਨਿਕਲ ਪਿਆ, ਔਰ ਬੇਗਮ ਸਾਹਿਬ ਬੱਚਿਆਂ ਦੇਖਦੀ ਫਿਰਦੀ ਕਿ ਪੱਠੇ ਵੱਢਦੇ ਪੈਣ ਕਿ ਨਹੀਂ ਵੱਢਦੇ ਪਏ, ਵੱਢਦੇ ਪਏ ਨੇ, ਮੈਂ ਅੱਗੇ ਵੇਖਿਆ, ਹਾਂ ਮੈਂ ਜਿਹੜਾ ਹੈਗਾ ਨਾ ਫਿਰ ਚੱਕ ਕੇ ਲਿਆ ਨਾ ਅਬਦੁਲ ਰਹਿਮਾਨ ਸਾਹਿਬ ਉੱਤੇ, ਅੱਗੇ ਉੱਥੇ ਤੈਨੂੰ ਦਿਖਾਇਆ ਸੀ ਕ੍ਰਿਕਟ ਖੇਡਦਾ ਪਿਆ ਸੀ, ਉਹ ਹੁਣ ਜਿਹੜਾ ਹੈਗਾ ਨਾ ਮੇਰੇ ਖਿਆਲ ਨਮਾਜ਼ ਪੜ੍ਹਨ ਚਲਾ ਗਿਆ। ਮੈਂ ਹੁਣ ਤੁਹਾਨੂੰ ਨਾ ਇੱਕ ਖੁਸ਼ਖਬਰੀ ਜਿਹੜਾ ਹੈਗਾ ਨਾ ਸੁਣਾਉਣ ਲੱਗਿਆ, ਬੇਗਮ ਸਾਹਿਬਾਂ ਅੱਗੇ ਮਾੜਾ ਮੋਟਾ ਮੈਂ ਦੱਸਿਆ, ਬੇਗਮ ਸਾਹਿਬਾਂ ਆਪਾਂ ਲਈਏ ਜੀ ਨਵੀਂ ਜ਼ਮੀਨ, ਹਾਂਜੀ ਮੱਝ ਵਾਸਤੇ, ਸਹੀ ਹੈ
ਹਾਂ ਪੱਠੇ ਵਗੈਰਾ ਜਿਹੜਾ ਹੈਗਾ ਨਾ ਮੈਂ ਖੁੰਦੇ ਵਿੱਚ ਆਪਾਂ ਗੱਡੇ ਗਏ ਕਿਉਂਕਿ ਤੁਹਾਨੂੰ ਪਤਾ ਮੁੱਲ ਦੇ ਜਿਹੜੇ ਪੱਠੇ ਨੇ ਨਾ ਉਹ ਜ਼ਿਆਦਾ ਮਹਿੰਗੇ ਪੈਂਦੇ ਨੇ ਅਤੇ ਆਪਣੇ ਪੱਠੇ ਹੋਣਗੇ ਅਤੇ ਉਹਦਾ ਇੱਕ ਇਹ ਵੀ ਫਾਇਦਾ ਹੋਵੇਗਾ ਕਿ ਅਸੀਂ ਅਗਰ ਡੰਗਰ ਵਗੈਰਾ ਹੋਰ ਵੀ ਛੋਟੇ ਮੋਟੇ ਨਾਲ ਰੱਖ ਲਈਏ ਨਾ ਅਤੇ ਸਾਨੂੰ ਟੈਨਸ਼ਨ ਪਰੇਸ਼ਾਨੀ ਕੋਈ ਨਹੀਂ ਅਤੇ ਠੇਕਾ ਵੀ ਜਿਹੜਾ ਹੈਗਾ ਨਾ ਸਮਝ ਲਓ ਕਿ ਜਿਹੜਾ ਕਿਰਾਇਆ ਹੈਗਾ ਉਹ ਵੀ ਜਾਇਜ਼ ਮੁਨਾਸਿਬ ਹੈ ਠੇਕੇ 'ਤੇ ਲਈ ਆ ਮਸਲ ਕਿਰਾਏ 'ਤੇ ਲਈ ਆ ਜ਼ਮੀਨ ਠੀਕ ਆ ਲਈ ਵੀ ਥੋੜ੍ਹੀ ਜਿਹੀ ਮਸਲ ਕੋ 10-12 ਕਿੱਲੇ ਨਹੀਂ ਲਈ ਦੋ ਕਣਾਲਾਂ ਲਈ ਆ ਸਿਰਫ ਦੋ ਕਣਾਲ ਪੱਠੇ ਗੜਨੇ ਨੇ ਆਪਾਂ ਕਿਹੜਾ ਕੋਈ ਕਿੱਲਾ ਪਹਿਲ ਲਓ ਸੀ ਮੈਂ ਤੁਹਾਨੂੰ ਦੱਸਣਾ ਪਹਿਲ ਲਓ ਸੀ ਇੱਕ ਕਿੱਲਾ ਮੈਂ ਇੱਕ ਕਿੱਲੇ ਦਾ ਆਪਾਂ ਕਰਾਂਗੇ ਕੀ ਇੱਕ ਤਾਂ ਸੰਭਾਲੀ ਨਹੀਂ ਜਾਣੀ ਇਤਨੇ ਅਤੇ ਆਪਾਂ ਹੋਰ ਕੁਛ ਤਾਂ ਗੜਨੀ ਕੋਈ ਨਹੀਂ ਗੱਡਾਂਗੇ ਕਿਉਂ ਨਹੀਂ ਗੱਡਾਂ ਮੇਰੀ ਦਿਲ ਸਿਰੋਂ ਗੱਡਾਂ ਕਾਣ ਉਤਲੇ ਸਾਲ ਤੱਕ ਇਨਸ਼ਾਲਾ ਮੇਰੀ ਕੋਸ਼ਿਸ਼ ਇੱਕ ਹੋਰ ਹੈ ਨਾ ਉਹ ਤੇ ਕਾਫੀ ਸਮੇਂ ਦੂਰ ਥੋੜੀ ਜਿਹੀ ਮਿਲਦੀ ਪਈ ਆ ਤੇ ਰੇਟ ਸਹੀ ਮਿਲੀ ਇੱਥੇ ਤਕਰੀਬਨ ਸਾਡੇ ਕੋਲ ਚੱਲਦੀ ਪਈ ਆ ਮੇਰੇ ਖਿਆਲ ਕੋਈ 1,30,000 ਰੁਪਏ ਤੋਂ ਕਿੱਲਾ ਠੇਕਾ 1,00,000 ਸਾਲ ਦਾ 1,30,000 ਕਿੱਲਾ ਇੱਥੇ ਬੈਕ ਸਾਈਡ ਤੇ ਚੱਲਦਾ ਪਿਆ ਤੇ ਉੱਥੋਂ ਜਿੱਥੋਂ ਲਈ ਉੱਥੋਂ 1,00,000 ਹੈ ਵੀ ਮਸਲ ਬਿਲਕੁਲ ਪਾਣੀ ਵੀ ਉੱਪਰ ਸੋਲਰ ਉੱਤੇ ਬਿਲਕੁਲ ਉੱਪਰ ਪਾਣੀ ਵੀ ਉੱਪਰ ਬਿਲਕੁਲ ਹੈ ਵੀ ਜ਼ਮੀਨ ਵੀ ਠੀਕ ਆ ਅਤੇ ਉਹਨਾਂ ਕੋਲ ਮਜਬੂਰੀ ਸੀ ਉਹਨਾਂ ਕਿਹਾ ਸੀ ਤੁਸੀਂ ਜਿਹੜਾ ਗੰਨਾ ਦੇ ਦਿਓ 2 ਸਾਲਾਂ ਦਾ ਬਣਦਾ ਹੈ ਤਕਰੀਬਨ 2 ਸਾਲ ਦਾ ਉਹਨਾਂ ਕਿਹਾ ਸਾਨੂੰ ਠੇਕਾ ਦੇਣਾ 2 ਸਾਲਾਂ ਦਾ ਉਹਦਾ ਠੇਕਾ ਬਣਦਾ 50,000 ਰੁਪਇਆ ਮੈਂ 50,000 ਦੇ ਕੇ ਉਹਦੇ ਵਿੱਚ ਗੱਡਣਿਆ ਜੀ ਮੱਕੀ ਔਰ ਮੈਂ ਆਰਡਰ ਜਿਹੜਾ ਹੈਗਾ ਨਾ ਦੇ ਦਿੱਤਾ ਜਿਹੜਾ ਬੰਦਾ ਕਹਿਣ ਵਾਲਾ ਸੀ ਉਹਨੂੰ ਮੈਂ ਕਿਹਾ ਗੱਡਣੀ ਵੀ ਤੂੰ ਹੀ ਆ ਤੈਨੂੰ ਜਿਹੜਾ ਹੈਗਾ ਜੋ ਵਿੱਚ 8ਵਾਂ 10ਵਾਂ ਹਿੱਸਾ ਹੁੰਦਾ ਮੇਰੇ ਖਿਆਲ ਹੈ ਅਤੇ ਉਹ ਤੈਨੂੰ ਦਿੱਤੀ ਰੱਖਾਂ ਮੈਂ ਗੱਡਣੀ ਵੀ ਤੂੰ ਹੈ ਅਤੇ ਉਹਦੇ ਵਿੱਚ ਹੁਣ ਇਰਾਦਾ ਬਣਾਈ ਖਾਣਾ ਉਹ ਸਾਡੀ ਗੱਲ ਹੁਣ ਹੋਈ ਹੈ ਨਾ ਅਗਰ ਉਹ ਪੱਕਾ ਹੋ ਜਾਂਦਾ ਤੁਹਾਨੂੰ ਪੈਸੇ ਦੇ ਕੇ ਸੁਬਹ ਉਹਨੂੰ ਪਾਣੀ ਲਾ ਦਿਆਂਗੇ ਅਤੇ ਇਨਸ਼ਾਲਾ ਮੱਖੀਆਂ ਜਿਹੜੀਆਂ ਨਾ ਬੜੀਆਂ ਵਿੱਚ ਆਈਆਂ ਹਾਂ ਉਹਦੇ 'ਚ ਮੱਕੀ ਗੱਡਣ ਦੇ ਲਈ ਮੱਕੀ ਗੱਡਣੇ ਆ ਉਹ ਇੱਕ ਤਾਂ ਜਲਦੀ ਹੋ ਜਾਂਦੀ ਹੈ ਕਿਉਂਕਿ ਅੱਗੋਂ ਮੌਸਮ ਆਇਆ ਖੜਾ ਬਰਸੀਮ ਦਾ ਯਾਨੀ ਸ਼ੀਤਾਲਾ ਅਤੇ ਉਹ ਫਿਰ ਉਹਦੇ ਵਿੱਚ ਗੱਡਾਂਗੇ ਹਾਂ ਸਾਗ ਉਹੀ ਉਹ ਸਾਗ ਗੱਡਾਂਗੇ ਆਪਣਾ ਆਪਣੀ ਜ਼ਮੀਨ ਇਨਸ਼ਾਲਾ ਆਪਣੀ ਤਾਂ ਨਹੀਂ ਹੈ ਲੇਕਿਨ 2 ਸਾਲ ਵਾਸਤੇ ਤਾਂ ਸਾਡੇ ਕੋਲ ਹੀ ਹੋਣੀ ਹੈ ਨਾ ਅਸੀਂ 2 ਸਾਲ ਦੇ ਤਾਂ ਮਾਲਕ ਬਣ ਹੀ ਗਏ ਹਾਂ ਨਾ 50,000 ਰੁਪਇਆ ਦਿੱਤਾ ਹੈ ਹਾਲੇ ਦਿੱਤਾ ਕੋਈ ਨਹੀਂ ਹੈ ਲੇਕਿਨ ਦੇ ਦੇਣਾ ਹੈ ਹੁਣ ਦੇ ਦੇਈਏ ਸ਼ਾਮ ਨੂੰ ਚਾਹੇ ਸੁਬਹ ਜਾਂ ਉਹਨੇ ਉਦੋਂ ਡਨ ਕਰਨੀ ਆ ਨਾ ਅਤੇ ਮੈਂ ਪੈਸੇ ਉਹਦੇ ਅਕਾਊਂਟ 'ਚ ਦੇ ਦੇਣੇ ਨੇ ਅਤੇ ਜ਼ਮੀਨ 'ਤੇ ਹੋ ਜਾਣਾ ਕਬਜ਼ਾ ਫਿਰ ਤੁਹਾਨੂੰ ਜਾ ਕੇ ਵਿਖਾਵਾਂਗੇ ਵੀ ਜ਼ਮੀਨ ਬਿਲਕੁਲ ਵੀ ਕਿਸ ਜਗ੍ਹਾ 'ਤੇ ਹੈ ਅਤੇ ਉਹ ਇਨਸ਼ਾਲਾ ਫਿਰ ਸੁਬਹ ਇਨਸ਼ਾਲਾ ਉਹਨੂੰ ਪਾਣੀ ਵੀ ਅਸੀਂ ਲਾ ਦੇਣਾ ਅਤੇ ਉਸ ਤੋਂ ਕਿਹੜੇ ਤੇ ਥੋੜ੍ਹੀ ਬਹੁਤੀ ਖੁਸ਼ਕ ਹੋਵੇਗੀ ਫਿਰ ਟਰੈਕਟਰ ਨਾਲ ਵਾਹ ਕੇ ਅਤੇ ਉਹਦੇ ਵਿੱਚ ਕੱਢ ਦਿਆਂਗੇ ਅਸੀਂ ਮੱਕੀ ਇਨਸ਼ਾਲਾ ਮੱਝ ਵਾਸਤੇ ਸਾਡੇ ਆਪਣੇ ਪੱਠੇ ਹੋਣਗੇ ਨਾ ਤੇ ਮੋਟਰਸਾਈਕਲ ਤੇ ਜਾ ਕੇ ਜਦੋਂ ਦਿਲ ਕੀਤਾ ਵੱਢ ਲੈ ਹਾਂ ਇਹ ਲੇਕਿਨ ਇੱਥੇ ਆਪਾਂ ਨੂੰ ਜ਼ਿਆਦਾ ਫਾਇਦਾ ਹੈ ਹਾਂ ਇੱਥੇ ਬੈਕ ਸਾਈਡ 'ਤੇ ਲੇਕਿਨ ਇਹ ਆ ਕਿ ਚਲੋ ਜਿਤਨੇ ਦੇ ਉਦੋਂ ਕਦੇ ਉਧਰੋਂ ਵੱਢ ਲਏ ਕਦੇ ਇੱਧਰੋਂ ਵੱਢ ਲਏ ਇੱਥੋਂ ਮੁੱਲ ਵੀ ਲੈ ਕਰਾਂਗੇ ਥੋੜ੍ਹੇ ਬਹੁਤੇ ਅਤੇ ਉਧਰੋਂ ਵੀ ਜਿਹੜਾ ਹੈਗਾ ਨਾ ਆਪਣੇ ਹਾਂਜੀ ਹਾਂਜੀ ਇਨਸ਼ਾਅੱਲਾ ਅਹਿਮਦ ਬਾਈ ਕਹਿ ਰਿਹਾ ਸੀ ਕਿ ਜ਼ਿਮੀਂਦਾਰ ਜਿਹੜਾ ਹੈਗਾ ਨਾ ਬੜਾ ਔਖਾ ਵੇਖਦੇ ਹਨ ਕਿਤਨਾ ਔਖਾ ਕਿਉਂਕਿ ਅਸੀਂ ਵੀ ਉਹਨਾਂ ਨੇ ਮਸਾਂ ਬੰਦਾ ਰੱਖਿਆ ਹੋਇਆ ਜ਼ਮੀਨ ਵਾਸਤੇ 8ਵੇਂ 8ਵੇਂ ਹਿੱਸੇ ਵਾਲਾ ਕਿ 10ਵਾਂ ਹਿੱਸਾ ਪਤਾ ਨਹੀਂ ਕਿੰਨਾ ਦਿੰਦੇ ਨੇ ਇਹ ਨਹੀਂ ਪਤਾ ਲੇਕਿਨ ਇੱਥੇ ਵੀ ਸਮਝ ਲਓ ਕੋ ਹਾਲੇ ਮੈਨੂੰ ਨਹੀਂ ਪਤਾ 8ਵਾਂ ਹੁੰਦਾ 10ਵਾਂ ਹਿੱਸਾ ਹੁੰਦਾ ਲੇਕਿਨ ਮੈਂ ਵੀ ਜਿਹੜਾ ਹੈਗਾ ਨਾ ਬੰਦਾ ਹੀ ਰੱਖਾਂਗਾ ਕਿਉਂਕਿ ਮੈਂ ਕਦੇ ਕਿਧਰੇ ਹੁੰਦਾ ਕਦੇ ਕਿਧਰੇ ਹੁੰਦਾ ਅਤੇ ਉਹ ਉਹਨਾਂ ਦੇ ਫਿਰ ਘਰ ਦੇ ਇੱਕ ਨਜ਼ਦੀਕ ਵੀ ਹੈ ਉਹ ਗੱਡੇਗਾ ਵੀ ਅਤੇ ਪਾਣੀ ਵਗੈਰਾ ਵੀ ਲਾਏਗਾ ਲੇਕਿਨ ਮੈਂ ਵੀ ਨਾਲ ਜਾਵਾਂਗਾ ਨਾ ਪਾਣੀ ਵਗੈਰਾ ਮਾੜਾ ਮਿਠਾ ਨਾਲ ਮੈਂ ਹੀ ਪਾਣੀ ਵਗੈਰਾ ਗਡਾਇਆ ਗੁਡਾਇਆ ਕਰਾਂ ਕਿਉਂਕਿ ਮਾਲਕ ਹੀ ਹੁੰਦਾ ਕਿਉਂਕਿ ਪੈਸੇ ਤਾਂ ਮੇਰੇ ਲੱਗਣੇ ਨੇ ਖਾਦ ਸਪਰੇ ਸਾਰਾ ਕੁਛ ਸਿਸਟਮ ਆਪਣੇ ਖਾਤੇ ਹੀ ਪਾਵਾਂਗਾ ਜਾ ਕੇ ਤਕੀਦ ਨਾਲ ਸਾਰਾ ਕੁਛ ਜਿਹੜਾ ਨਾ ਕਰਾਇਆ ਕਰਾਂਗਾ ਆਪਣੇ ਕਿਹੜੇ ਕੋਈ 2 ਮੁਰੱਬੇ ਆ 2 ਕਨਾਲੀ ਜ਼ਮੀਨਾਂ ਦੀਆਂ ਨੇ ਅਤੇ ਉਹਦੇ ਪਿੱਛੇ ਇਤਨੇ ਪਲੈਨ ਜਿਹੜਾ ਹੈਗਾ ਨਾ ਕੀਤੀ ਜਾਂਦਾ ਬਾਕੀ ਇਨਸ਼ਾਲਾ ਜੀ ਦੇਖਦੇ ਹਾਂ
ਸਾਡੀ ਗੱਲਬਾਤ ਬਣਦੀ ਹੈ ਤਕਰੀਬਨ 100% ਤਾਂ ਬਣ ਜਾਣੀ ਕਿਉਂਕਿ ਉਹਨੂੰ ਮਜ਼ਬੂਰੀ ਪੈਸਿਆਂ ਦੀ ਅਤੇ ਉਹਨੇ ਖੁਦ ਕਿਹਾ ਕਿ ਲੈ ਲਾ ਅਤੇ ਪੈਸੇ ਦੇ ਕੇ ਫਿਰ ਤੁਹਾਨੂੰ ਜਾ ਕੇ ਨਾ ਵਿਖਾਵਾਂਗੇ। ਬੇਗਮ ਸਾਹਿਬਾਂ ਵੀ ਆ ਗਈ ਆ ਦੇਖ ਲਾ ਬੱਚਿਆਂ ਦੇ ਕੰਮ ਇੱਕ ਦੋ ਅਤੇ ਤਿੰਨ ਤਿੰਨ ਖੱਬੇ ਪੱਠਿਆਂ ਦੇ ਵੱਡੇ ਪਏ ਨੇ ਅਤੇ ਹੁਣ ਇਹ ਇੱਕੇ ਵਾਰ ਤਿੰਨ ਚੱਕੀ ਨੇ ਦੋ ਤਿੰਨ ਚੱਕਰ ਲਾਉਣੇ ਪੈਣੇ ਨੇ ਹੈ ਨਾ ਇਹ ਬੱਚਿਆਂ ਦੇ ਕੰਮ ਨੇ ਇਹ ਵੀ ਵੱਡੇ ਨੇ ਉਹ ਵੀ ਵੱਡੇ ਨੇ ਇਹ ਦੇਖੋ ਇੰਨੇ ਸਾਰੇ ਇਹ ਵੱਡੇ ਪਏ ਨੇ ਇੰਨੇ ਸਾਰੇ ਇਹ ਉਹਨਾਂ ਨੇ ਵੱਢ ਦਿੱਤੇ ਨੇ ਇੰਨੇ ਸਾਰੇ ਇੱਧਰ ਇਹਨਾਂ ਨੇ ਵੱਢਤੇ ਨੇ ਉਹਨਾਂ ਨੇ ਤਾਂ ਕਮਲ ਕਮਰਲਾ ਡੇਢ ਪੱਠਿਆਂ ਦਾ ਵੱਢ ਦਿੱਤਾ ਅਤੇ ਇਹ ਤਾਂ ਆਪਾਂ ਕੋਲ ਦੋ ਦਿਨ ਨਹੀਂ ਮੁੱਕਦੇ ਕੀ ਖਿਆਲ ਹੈ ਹੁਣ ਕੀ ਕਰੀਏ ਨੁਕਸਾਨ ਕੋਈ ਨਹੀਂ ਆ ਖੁਸ਼ਕ ਤਾਂ ਨਹੀਂ ਹੁੰਦੇ ਪਰ ਰੱਖ ਦੇਵਾਂਗੇ ਕੋਈ ਨਹੀਂ ਮਸਲਾ ਚਲੋ ਲੈ ਜਾਈਏ ਫਿਰ ਹਣਾ ਇਹਨੂੰ ਖੋਲਣਾ ਅੱਗੇ ਬੰਨ ਗਿਆ ਨਹੀਂ ਉਹ ਹਾਂ ਥੋੜ੍ਹੇ ਜਿਹੇ ਉਹ ਚੱਕੂ ਸੀ ਤਾਂ ਕੋਈ ਚੱਕੀਜੇ ਨਹੀਂ ਨੇ ਮੇਰੇ ਕੋਲ ਪੁੱਛ ਵਜ਼ਨ ਹੈਗਾ ਸੀ ਉੱਧਰ ਰਹਿਮਾਨ ਸਾਹਿਬ ਨੂੰ ਅੱਜ ਕ੍ਰਿਕਟ ਖੇਡਣ ਭੇਜਿਆ ਸੀ ਇੱਥੇ ਉਹ ਪਹਿਲੇ ਖੇਡਦੇ ਨੇ ਤੁਹਾਨੂੰ ਅੱਗੇ ਵਿਖਾਇਆ ਸੀ ਅਤੇ ਫਿਰ ਉਹ ਉੱਥੇ ਚਲੇ ਗਏ ਨੇ ਉਹ ਜਿੱਥੇ ਸਾਹਮਣੇ ਕ੍ਰਿਕਟ ਖੇਡਦੇ ਪਏ ਮੁੰਡੇ ਅਤੇ ਹੁਣ ਉਹ ਮੁੰਡਾ ਜਿਹੜਾ ਹੈਗਾ ਨਾ ਲੱਭਦਾ ਵੀ ਨਹੀਂ ਪਿਆ ਕਿ ਹੁਣ ਉਹ ਕਿੱਧਰ ਗਿਆ ਮਸਜਿਦ 'ਚ ਨਮਾਜ਼ ਪੜ੍ਹਨ ਗਿਆ ਕਿ ਪਤਾ ਨਹੀਂ ਹੁਣ ਉਹ ਕਿੱਧਰ ਗਿਆ ਕੋਈ ਸੁਰ ਪਤਾ ਨਹੀਂ ਆ ਦਿਲ ਤਾਂ ਮੇਰਾ ਵੀ ਕ੍ਰਿਕਟ ਖੇਡਣ ਕਰਦਾ ਪਿਆ ਕੰਮ ਤਾਂ ਕਰ ਲਓ ਫਿਰ ਹੈ ਕੰਮ ਕਰ ਲਓ ਫਿਰ ਕੰਮ ਤਾਂ ਕੰਮ ਹੀ ਆ ਇਹਦੇ ਵਿੱਚ ਹੋਰ ਬਣਨਾ ਥੋੜ੍ਹੇ ਜਿਹੇ ਪੱਠੇ ਵਗੈਰਾ ਚੱਕ ਕੇ ਰੱਖ ਲਏ ਨੇ ਬੇਗਮ ਸਾਹਿਬਾਂ ਅਤੇ ਅੰਦਰ ਰਹਿਮਾਨ ਆ ਗਿਆ ਸੀ ਉਹ ਨਾ ਕੁਤਰ ਕੇ ਪਾ ਲਵਣਗੇ ਔਰ ਮੈਂ ਖਾ ਰਿਹਾ ਜੀ ਰੋਟੀ ਦੁਪਹਿਰ ਟਾਈਮ ਪਕਾਈ ਸੀ ਲੇਕਿਨ ਖਾਈ ਕੋਈ ਨਹੀਂ ਸੀ ਭੁੱਖ ਕੋਈ ਨਹੀਂ ਸੀ ਕਿਉਂਕਿ ਨਾ ਨਾਸ਼ਤਾ ਮਾਸ਼ਤਾ ਨਾ ਸਮੂਹ ਦਾ ਬੜਾ ਟਾਇਟ ਕੀਤਾ ਹੋਇਆ ਸੀ ਰੋਟੀ ਹੁਣ ਨਾ ਸ਼ਾਮ ਨੂੰ ਖਾ ਰਹੇ ਮਾਸ਼ਾਅੱਲਾ ਖੁਸ਼ਬੂ ਬੜੀ ਜ਼ਬਰਦਸਤ ਆ ਰਹੀ ਆ ਬੇਗਮ ਸਾਹਿਬਾਂ ਮੱਝ ਪੱਠੇ ਐਵੇਂ ਸਾਬਤ ਹੀ ਅੱਜ ਨਾ ਖਾਏ ਜਾ ਰਹੀ ਆ ਬੇਗਮ ਸਾਹਿਬਾਂ ਦੁੱਧ ਚੋ ਰਹੀ ਆ ਅਬਦੁਲ ਹਾਦੀ ਜਿਹੜਾ ਕਿ ਨਾ ਪਿੱਛੇ ਹੀ ਟੁਰ ਗਿਆ ਨਾ 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 ਖਰੋਂਡ ਮਾਰੀ ਜਾਂਦੇ ਥੱਲੇ ਆਉਂਦਾ ਹੀ ਦੀ ਦੋ ਚਾਰ ਦਿਨ ਬਾਰਿਸ਼ ਹੁੰਦੀ ਰਹੀ ਹੈ ਨਾ ਅਤੇ ਬੜਾ ਹੀ ਸਕੂਨ ਸੀ ਅੰਦਰ ਜਿਹੜਾ ਹੈਗਾ ਨਾ ਹੁਣ ਫਿਰ ਨਹੀਂ ਸੋਇਆ ਜਾ ਰਿਹਾ ਬਹੁਤ ਹੀ ਜ਼ਿਆਦਾ ਹਵਸ ਹੁੰਦੀ ਹੈ ਰਾਤ ਨੂੰ ਇੱਥੇ ਜਿਹੜਾ ਹੈਗਾ ਨਾ ਦਿਲ ਕਰਦਾ ਪਿਆ ਮੈਂ ਤਾਂ ਮੰਜਾ ਪਾ ਕੇ ਇੱਥੇ ਸੋ ਜਾਵਾਂ ਬੇਗਮ ਸਾਹਿਬਾਂ ਦਾ ਜਿਹੜਾ ਹੈਗਾ ਨਾ ਪਤਾ ਨਹੀਂ ਬੱਚਿਆਂ ਨੂੰ ਲੈ ਕੇ ਤੂੰ ਅੰਦਰ ਸੌਂ ਅਤੇ ਮੈਂ ਇੱਥੇ ਬਾਹਰ ਸੌਂਦਾ ਹਾਂ ਨਹੀਂ ਐਡਾ ਮੈਂ ਕਮਲਾ ਕੋਈ ਨਹੀਂ ਹੈਗਾ ਮੈਨੂੰ ਚੋਰ ਚਾਹ ਕੇ ਲੈ ਕੇ ਵਗ ਜਾ ਸਨ ਮੱਝ ਸਾਬਤ ਹੀ ਪੱਠੇ ਖਾਈ ਜਾ ਰਹੀ ਔਰ ਮੇਰਾ ਦਿਲ ਕਰਦਾ ਪੈ ਜਾਂਦਾ ਬਾਹਰ ਹੀ ਸੌਵਾਂਗੇ ਇਨਸ਼ਾਅੱਲਾ ਚੋਲ ਲਿਆ ਦੁੱਧ ਦੁੱਧ ਅਸੀਂ ਅਤੇ ਹੁਣ ਜਿਹੜਾ ਹੈਗਾ ਨਾ ਕੁਤਰਨ ਲੱਗੇ ਹਾਂ ਪੱਠੇ ਪੁੱਠੇ ਮੁਰਗੇ ਜਿਹੜੇ ਹੈਗੇ ਨਾ ਉਹ ਵੀ ਰਾਹ ਲੱਭ ਕੇ ਅਤੇ ਟੋਕਰੇ ਥੱਲੇ ਵੜਦੇ ਫਿਰਦੇ ਨੇ ਓਏ ਨਾ ਲੜੀ ਜਾਂਦੇ ਨੇ ਵਿੱਚ ਦੁਪਹਿਰ ਟਾਈਮ ਅੱਜ ਨਾ ਮਿਠਾਈ ਲੈ ਕੇ ਆਉਂਦੀ ਸੀ ਉਹ ਰੁਕ ਜਾ ਮੈਂ ਜਾਂਦੀ ਵਾਰੀ ਜਿਹੜਾ ਹੈਗਾ ਨਾ ਖਾਈ ਜਾ ਵੀ ਡੱਬਾ ਸਾਰਾ ਮਿਠਾਈ ਦਾ ਖਤਮ ਹੋ ਗਿਆ ਇਹ ਦੇਖੋ ਨਾ ਹਾਲ ਇਹਨੂੰ ਕੁਛ ਹੈ ਗੱਤ ਹਾਲ ਲਪਾਈ ਖੜੇ ਹਾਂ ਕੀ ਖਾਣਾ ਮਿੱਠੂ ਓਏ ਇਹਨਾਂ ਦਾ ਵੈਸੇ ਨਾ ਹੁਣ ਬੱਚੇ ਵਗੈਰਾ ਦੇਵਣਗੇ ਇਹਨਾਂ ਦਾ ਨਾ ਘਰ ਵਗੈਰਾ ਨਾਲ ਲਾਉਂਦੇ ਹਾਂ ਕੋਈ ਕੌਂਸਲਾ ਵਗੈਰਾ ਅਤੇ ਉੱਥੇ ਜਿਹੜਾ ਹੈਗਾ ਨਾ ਫਿਰ ਆਸਾਨੀ ਲੱਗੇ ਸਰਦੀਆਂ ਆ ਰਹੀਆਂ ਨੇ ਵੈਸੇ ਵੀ ਇੱਥੇ ਬਾਹਰ ਨਾਲ ਸਰਦੀ ਲੱਗੇਗੀ ਕੋਈ ਇਹਨਾਂ ਦੇ ਨਾਲ ਨਾ ਗਾਰ ਅਟੈਚ ਕਰਦੇ ਆ ਇਨਸ਼ਾਅੱਲਾ ਬੇਗਮ ਸਾਹਿਬਾਂ ਪੱਠੇ ਵਗੈਰਾ ਕੁਤਰ ਕੇ ਮੱਝ ਨੂੰ ਪਾ ਦੇਵੇਗੀ ਮੈਨੂੰ ਕਾਫੀ ਜ਼ਰੂਰੀ ਕੰਮ ਹੈਗਾ ਤੁਹਾਨੂੰ ਦੱਸਿਆ ਸੀ ਮੈਂ ਚੱਲਿਆ ਹਾਂ ਜੀ ਉੱਧਰ ਇਨਸ਼ਾਅੱਲਾ ਕੱਲ੍ਹ ਮੁਲਾਕਾਤ ਹੁੰਦੀ ਖੁਦਾ ਹਾਫਿਜ਼ ਸਲਾਨੀ ਗਿਬਾਨ ਚੱਲ ਵੀ ਤਿਆਰ ਹੋ ਜਾ ਮੁੰਡਿਆ